ਕਦੇ ਉੱਪਰ ਜਿਹੜੀ ਹੁਣ ਪੁਲਿਸ ਜਿਹੜੀ ਹੈਗੀ ਇਹ ਜਾਂਚ ਕਰ ਰਹੀ ਹੈਗੀ। ਦੱਸ ਦਈਏ ਕਿ ਇਹ ਮੇਲਸ ਕੱਲੀ ਜਿਹੜੀ ਹੈਗੀ ਕੱਲੀ ਇਸ ਇੰਸਟੀਚਿਊਟ ਦੇ ਵਿੱਚ ਨਹੀਂ ਆਈ, ਹੋਰ ਵੀ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਇੰਸਟੀਚਿਊਟ ਹੈਗੇ ਉਹਨਾਂ ਦੇ ਵਿੱਚ ਇਹ ਮੇਲ ਜਿਹੜੀ ਹੈਗੀ ਆਈ ਹੈਗੀ। ਇੰਸਟੀਚਿਊਟ ਦੇ ਜਿਹੜੇ ਡਿਪਟੀ ਡਾਇਰੈਕਟਰ ਨੇ, ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ, ਉਹਨਾਂ ਨਾਲ ਪੁੱਛ ਲੈਂਦੇ ਮੇਲ ਜਿਹੜੀ ਆਈ ਹੈਗੀ ਉਹਨੂੰ ਕੀ ਮੇਲ ਦੇ ਵਿੱਚ ਆਏਗਾ, ਗੱਲ ਕਰ ਲੈਂਦੇ ਹਾਂ। ਮੈਡਮ ਕੀ ਮੇਲ ਆਈ ਹੈ, ਕਿੰਨੇ ਵਜੇ ਆਈ ਸੀ? ਮੇਲ ਸਵੇਰੇ 10:45 ਦੇ ਕਰੀਬ ਆਈ ਹੈ ਕਿ ਹਸਪੀਟਲ ਵਿੱਚ ਬੰਬ ਹੈਗਾ ਔਰ ਉਹ ਸਾਰਿਆਂ ਨੂੰ ਉਡਾਉਣ ਦੀ ਉਹਦੇ 'ਚ ਧਮਕੀ ਹੈਗੀ ਸੀ। ਸਾਡੇ ਹਸਪੀਟਲ ਦੇ ਇਲਾਵਾ ਸਾਡੇ ਕੰਟਰੀ ਵਿੱਚ ਹੋਰ ਵੀ ਜਿਹੜੇ ਕੁਝ ਸੈਕਟਰੀ ਦੇ ਹਸਪੀਟਲ ਆ ਉਹਨਾਂ ਨੂੰ ਵੀ ਇਹ ਮੇਲ ਸੇਮ ਮੇਲ ਗਈ ਸੀ। ਕੋਈ ਦੱਸਿਆ ਜੀ ਕਿਸੇ ਨੇ ਜਿਹੜੇ ਮੇਲ ਕਰੀ ਉਹਨੇ ਨਾਮ ਆਪਣਾ ਦੱਸਿਆ ਤੇ ਨਾਮ ਮੇਲ ਕੋਈ ਜਿਹੜੀ ਮੇਲ ਆਈਡੀ ਉਹ ਅਸੀਂ ਪੁਲਿਸ ਵਾਲਿਆਂ ਨੂੰ ਇਨਫੋਰਮ ਕਰ ਦਿੱਤਾ, ਉਸਨੇ ਨਾਮ ਐਸ ਸੱਚ ਆਪਣਾ ਨਹੀਂ ਦਿੱਤਾ ਹੈਗਾ ਔਰ ਬਾਕੀ ਹਸਪੀਟਲ ਨੂੰ ਵੀ ਗਈ ਹੈ ਉਹਦੇ ਬੇਸਿਸ ਤੇ ਫਿਰ ਅਸੀਂ ਬਿਲਡਿੰਗ ਖਾਲੀ ਕਰਵਾਤੀ ਔਰ ਪੁਲਿਸ ਵਾਲਿਆਂ ਨੂੰ ਇਨਫੋਰਮ ਕਰ ਦਿੱਤਾ ਸੀ। ਕਿੰਨੇ ਕੁ ਪੇਸ਼ੈਂਟ ਸੀਗੇ ਤੇ ਕਿੰਨੇ ਆਪਣੇ ਡਾਕਟਰ ਸੀ? 15 ਦੇ ਕਰੀਬ ਪੇਸ਼ੈਂਟ ਹੋਣਗੇ, ਡਾਕਟਰ ਵੀ ਇੰਨੇ ਸਾਡੇ ਕੋਲ 5-7 ਡਾਕਟਰ ਹੋਣਗੇ, ਸਟਾਫ ਹੈਗਾ ਸੀ, ਸਟੂਡੈਂਟਸ ਵੀ ਹੁੰਦੇ ਆ ਦੂਸਰੇ, ਉਹ ਸਾਰਿਆਂ ਨੂੰ ਫਿਰ ਅਸੀਂ ਬਿਲਡਿੰਗ ਚੋਂ ਖਾਲੀ ਕਰਵਾ ਦਿੱਤੀ ਸੀ ਨਾਲ ਦੇ ਨਾਲ। ਮੈਡੀਕਲ ਅਫਸਰ ਸੀਗੇ, ਇਹਨਾਂ ਨੇ ਦੱਸਿਆ ਕਿ ਇਹ ਮੇਲ ਆਈ ਤਾਂ ਮੇਲ ਦੀ ਜਿਹੜੀ ਸੂਚਨਾ ਹੈਗੀ ਤੁਰੰਤ ਜਿਹੜਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਜਿਹੜਾ ਹੁਣ ਮੌਕੇ ਦੇ ਉੱਪਰ ਆ ਕੇ ਜਿਹੜੀ ਸਰਚ ਕਰ ਰਹੀ ਹੈ। ਬਿਲਕੁਲ ਜੀਤ, ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਪਹਿਲਾਂ ਵੀ ਦਿੱਲੀ ਤੋਂ ਇਹ ਸਾਹਮਣੇ ਆਏ ਸੀ, ਕਈ ਧਮਕੀ ਭਰੇ ਇੱਥੇ ਈਮੇਲ ਦਿੱਤੇ ਗਏ, ਫਿਰ ਚੰਡੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ, ਤਾਂ ਇਸ ਬਾਬਤ ਪੁਲਿਸ ਦਾ ਕੋਈ ਕਹਿਣਾ ਸਾਹਮਣੇ ਆਇਆ, ਸਟੇਟਮੈਂਟ ਸਾਹਮਣੇ ਆਈ ਹੋਵੇ? ਦੇਖੋ ਬਿਲਕੁਲ ਹਜੇ ਮੌਕੇ ਦੇ ਉੱਪਰ ਜਿਹੜੀ ਪੁਲਿਸ ਹਜੇ ਜਾਂਚ ਕਰ ਰਹੀ ਹੈ, ਪੁਲਿਸ ਦਾ ਇਹ ਕਹਿਣਾ ਕਿ ਇਹ ਮੇਲ ਕਿਹੜੇ ਸ਼ਖਸ ਵੱਲੋਂ ਕੀਤੀ ਗਈ ਹੈਗੀ, ਇਹ ਹਜੇ ਇਹ ਪੁਲਿਸ ਜਿਹੜੀ ਇਸ ਪੂਰੇ ਮਾਮਲੇ ਜਿਹੜੀ ਜਾਂਚ ਕਰ ਰਹੀ ਹੈ। ਫਿਲਹਾਲ ਜਿਹੜੇ ਬਿਲਡਿੰਗ ਹੈ, ਬਿਲਡਿੰਗ ਦੇ ਉੱਪਰ ਜਿਹੜੀ ਬਿਲਡਿੰਗ ਦੇ ਵਿੱਚ ਜਿਹੜੀ ਸਰਚ ਕੀਤੀ ਜਾ ਰਹੀ ਹੈ, ਸਰਚ ਦੇ ਦੌਰਾਨ ਹਜੇ ਤੱਕ ਜੋ ਸੂਚਨਾ ਮਿਲੀ ਹੈ ਇਸ ਤਰ੍ਹਾਂ ਦਾ ਕੋਈ ਵੀ ਸਮਾਨ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਬਰਾਮਦ ਨਹੀਂ ਹੋਇਆ। ਫਿਰ ਵੀ ਜਿਹੜਾ ਹੈਗਾ ਪੁਲਿਸ ਇਸ ਪੂਰੇ ਮਾਮਲੇ ਜਿਹੜੀ ਮੇਲ ਕਿੱਥੋਂ ਆਈ ਹੈ ਤੇ ਹੋਰ ਕਿਹੜੀ ਜਗ੍ਹਾ ਤੇ ਕੀਤੀ ਗਈ ਹੈ, ਇਹ ਸਾਰੀਆਂ ਜਾਂਚ ਜਿਹੜੀ ਹੈਗੀ ਪੁਲਿਸ ਹਜੇ ਕਰਦੀ ਪਈ ਹੈ। ਬਿਲਕੁਲ ਜੀਤ, ਹਾਲਾਂਕਿ ਇਹ ਬਹੁਤ ਗੰਭੀਰ ਮਸਲਾ ਦੇਖਣ ਨੂੰ ਮਿਲ ਰਿਹਾ, ਇੱਕ ਤੋਂ ਬਾਅਦ ਦੇ ਧਮਕੀ ਭਰੀ ਈਮੇਲ ਆਉਣਾ, ਕਿਤੇ ਕਿਹਾ ਵੀ ਜਾ ਸਕਦਾ ਕਿ ਇਹ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਨੇ, ਜਿੱਥੇ ਇੱਕ ਪਾਸੇ ਇਹ ਧਮਕੀ ਭਰੀ ਈਮੇਲ, ਇੱਕ ਪਾਸੇ ਆਤੰਕਵਾਦੀ ਹਮਲੇ ਵੀ ਵੇਖਣ ਨੂੰ ਮਿਲ ਰਹੇ ਨੇ, ਕਿ ਕਾਫੀ ਗੰਭੀਰ ਵੇਖਣ ਨੂੰ ਮਿਲ ਰਿਹਾ ਹੈ ਪੂਰਾ ਸਿਲਸਿਲਾ। ਬਿਲਕੁਲ, ਦੇਖੋ ਇਸ ਤਰ੍ਹਾਂ ਦਾ ਕੋਈ ਵੀ ਕਿਸੇ ਦੀ ਮੇਲ ਆਉਂਦੀ ਹੈ ਜਾਂ ਕਾਲ ਆਉਂਦੀ ਹੈ, ਇਸ ਨੂੰ ਤੁਰੰਤ ਜਿਹੜਾ ਹੈਗਾ ਬੇਸ਼ੱਕ ਪ੍ਰਸ਼ਾਸਨ ਇਹਨੂੰ ਤੁਰੰਤ ਜਿਹੜਾ ਹੈਗਾ ਹਰਕਤ ਦੇ ਵਿੱਚ ਆਉਂਦਾ, ਕਿਉਂਕਿ ਕਈ ਇਸ ਤਰ੍ਹਾਂ ਦੀਆਂ ਚੰਡੀਗੜ੍ਹ ਦੇ ਵਿੱਚ ਜਿਵੇਂ ਕਿ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਨੂੰ ਉਡਾਉਣ ਦੀ ਜਿਹੜੀ ਕਿ ਧਮਕੀਆਂ ਆਉਂਦੀਆਂ ਰਹੀਆਂ ਨੇ, ਉਹਦੇ ਵਿੱਚ ਜਾਂਚ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਉਹ ਜਿਹੜੀਆਂ ਸਾਰੀਆਂ ਸੀਗੀਆਂ ਫੇਕ ਸੀਗੀਆਂ। ਸੋ ਹੁਣ ਇਹ ਵੀ ਹੁਣ ਕਿਸ ਫੇਕ ਕਿਸੇ ਨੇ ਕੀਤੀ ਹੈ, ਸ਼ਰਾਰਤ ਕੀਤੀ ਹੈ, ਕੀ ਹੈਗਾ, ਇਹ ਜਾਂਚ ਤੋਂ ਬਾਅਦ ਹੀ ਜਿਹੜਾ ਹੈਗਾ ਸਾਹਮਣੇ ਆਏਗਾ। ਬਿਲਕੁਲ ਦਰਜੀਤ, ਹਾਲਾਂਕਿ ਇਸ ਪਾਸੇ ਵੇਖਿਆ ਜਾ ਰਿਹਾ ਕੋਈ ਬਰਾਮਦਗੀ ਵੀ ਨਹੀਂ ਵੇਖੀ ਗਈ ਪੁਲਿਸ ਦੇ ਵੱਲੋਂ। ਬਿਲਕੁਲ, ਦੇਖੋ ਮੌਕੇ ਦੇ ਉੱਪਰ ਜਿਹੜੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ, ਬੰਬ ਸਕੇਅਰ ਸਾਰੇ ਅਫਸਰ ਜਿਹੜੇ ਪਹੁੰਚੇ ਹੋਏ ਨੇ, ਹੋਰ ਟੀਮਾਂ ਜਿਹੜੀਆਂ ਹੈਗੀਆਂ, ਅਲੱਗ ਅਲੱਗ ਟੀਮਾਂ ਜਿਹੜੀਆਂ ਹੈਗੀਆਂ ਪਹੁੰਚੀਆਂ ਹੋਈਆਂ ਨੇ। ਹਜੇ ਤੱਕ ਜਿਹੜੀ ਕਿ ਬਿਲਡਿੰਗ ਦੀ ਜਾਂਚ ਜਿਹੜੀ ਕੀਤੀ ਗਈ, ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਵਸਤੂ ਜਿਹੜੀ ਕਿ ਪੁਲਿਸ ਨੂੰ ਜਿਹੜੀ ਕਿ ਨਜ਼ਰ ਨਹੀਂ ਆਈ। ਹਾਲਾਂਕਿ ਜਿਹੜੇ ਕਿ ਪੁਲਿਸ ਦੇ ਅਧਿਕਾਰੀ ਜਿਹੜੇ ਕਿ ਪੂਰੀ ਜਿਹੜੀ ਕਿ ਬਿਲਡਿੰਗ ਦੀ ਜਿਹੜੀ ਕਿ ਜਾਂਚ ਕਰ ਰਹੇ ਨੇ। ਬਿਲਕੁਲ ਦਲਜੀਤ, ਇਹ ਵੀ ਜਾਣਨਾ ਚਾਹਾਂਗੇ ਚੰਡੀਗੜ੍ਹ ਦੇ ਵਿੱਚ ਹੋਰ ਕਿਹੜੇ ਕਿਹੜੇ ਹਸਪਤਾਲਾਂ ਨੂੰ ਧਮਕੀ ਭਰੀ ਈਮੇਲ ਆਈ ਹੈ? ਦੇਖੋ ਫਿਲਹਾਲ ਤਾਂ ਜੋ ਮੇਲ ਜਿਹੜੀ ਆਈ ਹੈ, ਜੋ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਕੰਟਰੀ ਦੇ ਜਿਹੜੇ ਮੈਂਟਲ ਇੰਸਟੀਚਿਊਟ ਹੈਗੇ
ਉਹਨਾਂ ਨੂੰ ਹੀ ਇਹ ਜਿਹੜੀ ਕਿ ਮੇਲ ਕੀਤੀ ਗਈ ਹੈ, ਜੋ ਕਿ ਜਿਵੇਂ ਕਿ ਇਹ ਡਿਪਟੀ ਜਿਹੜੇ ਮੈਡੀਕਲ ਅਫਸਰ ਸੀਗੇ ਉਹਨਾਂ ਨੇ ਦੱਸਿਆ ਕਿ ਇਸ ਮੇਲ ਦੇ ਵਿੱਚ ਜਿਹੜਾ ਹੈਗਾ ਹੋਰ ਜਿਹੜੇ ਕੰਟਰੀ ਦੇ ਇਸ ਤਰ੍ਹਾਂ ਦੇ ਇੰਸਟੀਚਿਊਟ ਹੈ ਉਹਨਾਂ ਨੂੰ ਜਿਹੜਾ ਹੈਗਾ ਸੀਸੀ ਕੀਤਾ ਗਿਆ ਹੈਗਾ। ਸੋ ਉਸ ਜਗ੍ਹਾ ਦੇ ਉੱਪਰ ਵੀ ਇਸ ਤਰ੍ਹਾਂ ਦੀ ਜਿਹੜੀ ਮੇਲ ਆਈ ਹੈ, ਹੋਰ ਕਿਸੇ ਤਰ੍ਹਾਂ ਦੀ ਜਿਹੜੀ ਕਿ ਹਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਕਿ ਹੋਰ ਵੀ ਕਿਸੇ ਹੋਰ ਸਰਕਾਰੀ ਬਿਲਡਿੰਗ ਨੂੰ ਇਸ ਤਰ੍ਹਾਂ ਦੇ ਉਡਾਣ ਦੀ ਕੋਈ ਧਮਕੀ ਆਈ ਹੋਵੇ। ਬਿਲਕੁਲ, ਜਿਸ ਕਦਰ ਇਸ ਈਮੇਲ ਦੇ ਵਿੱਚ ਵੀ ਲਿਖਿਆ ਗਿਆ ਕਿ ਈਮੇਲ ਜੋ ਉਡਾ ਦਿੱਤਾ ਜਾਵੇਗਾ ਬੰਬ ਦੇ ਨਾਲ, ਹਾਲਾਂਕਿ ਕੁਝ ਹੋਰ ਵੀ ਕੁਝ ਲਿਖਿਆ ਗਿਆ ਹੋਵੇ ਇਸ ਬਾਬਤ ਕੋਈ ਜਾਣਕਾਰੀ ਈਮੇਲ ਦੇ ਵਿੱਚ ਕੀ ਕੁਝ ਹੋਰ ਲਿਖਿਆ ਹੋਵੇ? ਦੇਖੋ, ਫਿਲਹਾਲ ਤਾਂ ਜੋ ਇਸ ਮੇਲ ਦੇ ਵਿੱਚ ਲਿਖਿਆ ਹੋਇਆ ਸੀਗਾ ਇਹੀ ਸੀਗਾ ਕਿ ਇਸ ਬਿਲਡਿੰਗ ਦੇ ਵਿੱਚ ਬੰਬ ਪਿਆ ਤੇ ਬੰਬ ਦੇ ਨਾਲ ਜਿਹੜਾ ਇਸ ਬਿਲਡਿੰਗ ਨੂੰ ਜਿਹੜਾ ਉਡਾ ਦਿੱਤਾ ਜਾਏਗਾ। ਤੇ ਇਹਦੇ ਨਾਲ ਨਾਲ ਕਿਹਦੇ ਵੱਲੋਂ ਆਈ ਆਈ ਦੀ ਹਜੇ ਤੱਕ ਕੋਈ ਸੂਚਨਾ ਨਹੀਂ ਮਿਲੀ, ਕਿਸ ਸ਼ਖਸ ਵੱਲੋਂ ਇਹ ਕੀਤੀ ਗਈ, ਉਹਨੇ ਆਪਣਾ ਨਾਮ ਨੀਚੇ ਨਹੀਂ ਲਿਖਿਆ, ਇਹਦੀ ਹਜੇ ਕੋਈ ਜਾਣਕਾਰੀ ਜਿਹੜੀ ਕਿ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਜਿਹੜੀ ਇਸ ਮੇਲ ਨੂੰ ਦੇਖਦੇ ਹੋਏ ਜਿਹੜਾ ਇਸ ਬਿਲਡਿੰਗ ਨੂੰ ਜਿਹੜਾ ਪੂਰਾ ਜਿਹੜਾ ਖਾਲੀ ਕਰਾਇਆ ਗਾ, ਆਸ ਪਾਸ ਦਾ ਏਰੀਆ ਜਿਹੜਾ ਉਹਨੂੰ ਜਿਹੜਾ ਸੀਲ ਕੀਤਾ ਗਿਆ ਗਾ, ਤੇ ਫਿਲਹਾਲ ਇਸ ਦੀ ਜਿਹੜੀ ਜਾਂਚ ਚੱਲ ਰਹੀ ਹੈ। ਬਿਲਕੁਲ ਦਲਜੀਤ, ਕਿ ਪੂਰਾ ਹਸਪਤਾਲ ਖਾਲੀ ਕਰਵਾ ਦਿੱਤਾ ਗਿਆ, ਆਸ ਪਾਸ ਦੇ ਇਲਾਕੇ ਵੀ ਖਾਲੀ ਕਰਵਾ ਦਿੱਤੇ ਗਏ ਨੇ? ਦੇਖੋ ਬਿਲਕੁਲ, ਇਹਦੇ ਨਾਲ ਅਗਰ ਗੱਲ ਕਰੀਏ ਇਹਦੇ ਨਾਲ ਹੀ ਜਿਹੜਾ ਹੈਗਾ ਜੀਓ ਮੈਸ ਹੈਗੀ ਪੰਜਾਬ ਪੁਲਿਸ ਦੀ, ਇਹਦੇ ਨਾਲ ਹੀ ਹੋਰ ਦਫ਼ਤਰ ਨੇ, ਉਹ ਜਿਹੜੇ ਆਸ ਪਾਸ ਦਾ ਏਰੀਆ ਹੈਗਾ ਬਿਲਕੁਲ ਇਹ ਇਹਨੂੰ ਜਿਹੜਾ ਹੈਗਾ ਖਾਲੀ ਕਰਾ ਦਿੱਤਾ ਗਿਆ। ਇਸ ਬਿਲਡਿੰਗ ਦੇ ਵਿੱਚ ਵੀ ਜਿਹੜੇ ਵੀ ਸਟੂਡੈਂਟ ਸੀਗੇ ਜਾਂ ਪੇਸ਼ੈਂਟ ਸੀਗੇ, 100 ਦੇ ਕਰੀਬ ਜੋ ਲੋਕ ਦੱਸੇ ਜਾਂਦੇ ਸੀਗੇ, ਉਹਨਾਂ ਨੂੰ ਜਿਹੜਾ ਹੈਗਾ ਬਿਲਡਿੰਗ ਤੋਂ ਜਿਹੜਾ ਹੈਗਾ ਬਾਹਰ ਸੁਰੱਖਿਅਤ ਕੱਢ ਲਿੱਤਾ ਗਿਆ ਹੈਗਾ। ਬਾਕੀ ਜਿਹੜੀ ਕਿ ਜਿਹੜੀ ਹਜੇ ਜਾਂਚ ਹਜੇ ਚੱਲ ਰਹੀ ਹੈ ਉਹਦੇ ਵਿੱਚ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਸਮਾਨ ਜਿਹੜਾ ਹੈਗਾ ਪੁਲਿਸ ਨੂੰ ਜੋ ਸੂਚਨਾ ਮਿਲੀ ਹਜੇ ਤੱਕ ਇੱਦਾਂ ਦਾ ਕੋਈ ਵੀ ਸਮਾਨ ਜਿਹੜਾ ਹੈਗਾ ਪੁਲਿਸ ਨੂੰ ਬਿਲਡਿੰਗ ਦੇ ਵਿੱਚ ਨਜ਼ਰ ਨਹੀਂ ਆਇਆ। ਬਿਲਕੁਲ ਦਲਜੀਤ, ਫਿਲਹਾਲ ਇਹ ਤਸਵੀਰਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਪੁਲਿਸ ਬਲ ਵੀ ਤੈਨਾਤ ਹੈ, ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ। ਤਸਵੀਰਾਂ ਰਾਹੀਂ ਵੇਖਿਆ ਜਾ ਸਕਦਾ। ਇੱਕ ਵਾਰ ਦਰਸ਼ਕਾਂ ਨੂੰ ਮੁੜ ਤੋਂ ਦੱਸ ਦਈਏ ਕਿ ਜੋ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜੇ ਨੇ ਕਿ ਪੂਰਾ ਮਾਮਲਾ ਚੰਡੀਗੜ੍ਹ ਦੇ ਸੈਕਟਰ 32 ਤੋਂ ਸਾਹਮਣੇ ਆਇਆ, ਜਿੱਥੇ ਹਸਪਤਾਲ ਦੇ ਵਿੱਚ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਦੱਸ ਦਈਏ ਕਿ ਧਮਕੀ ਭਰੀ ਈਮੇਲ, ਹਸਪਤਾਲ ਨੂੰ ਉਡਾਉਣ ਦੀ ਈਮੇਲ ਜੋ ਦਿੱਤੀ ਗਈ ਹੈ, ਤਾਂ ਇਸ ਦੌਰਾਨ ਹੁਣ ਪੁਲਿਸ ਅਧਿਕਾਰੀ ਤੇ ਰੈਸਕਿਊ ਟੀਮ ਮੌਕੇ ਤੇ ਮੌਜੂਦ ਹੈ। ਫਿਲਹਾਲ ਇਹ ਤਸਵੀਰਾਂ ਵੀ ਵੇਖਿਆ ਜਾ ਸਕਦੀਆਂ ਨੇ, ਪੂਰਾ ਜਾਂਚ ਦਾ ਵਿਸ਼ਾ ਬਣ ਚੁੱਕਿਆ ਹੈ, ਹੁਣ ਜਾਂਚ ਕੀਤੀ ਜਾ ਰਹੀ ਹੈ, ਪੂਰਾ ਲਗਾਤਾਰ ਹੁਣ ਵੇਖਿਆ ਜਾ ਰਿਹਾ। ਫਿਲਹਾਲ ਕੋਈ ਬਰਾਮਦਗੀ ਅਜੇ ਤੱਕ ਨਹੀਂ ਕੀਤੀ ਗਈ ਹੈ। ਜੀ ਦਲਜੀਤ, ਲਗਾਤਾਰ ਸਾਡੇ ਸਹਿਯੋਗੀ ਵੀ ਗਰਾਊਂਡ ਤੋਂ ਸਾਨੂੰ ਰਿਪੋਰਟ ਕਰ ਰਹੇ ਨੇ। ਬਿਲਕੁਲ ਦਲਜੀਤ, ਲਗਾਤਾਰ ਇੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤੈਨਾਤ ਹੈ, ਹਾਲੇ ਤੱਕ ਕੋਈ ਹੋਰ ਅਪਡੇਟ ਇਸ ਬਾਬਤ ਸਾਹਮਣੇ ਆਈ ਹੋਵੇ? ਦੇਖੋ, ਹਜੇ ਤੱਕ ਕੋਈ ਅਪਡੇਟ ਤਾਂ ਸਾਹਮਣੇ ਨਹੀਂ ਆਈ, ਜੇ ਤੱਕ ਇਹੀ ਹੈਗਾ ਪੁਲਿਸ ਵੱਲੋਂ ਜਿਹੜਾ ਸਰਚ ਕੀਤਾ ਗਿਆ ਹੈਗਾ। ਸਰਚ ਦੇ ਦੌਰਾਨ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਸਮਾਨ ਜਿਹੜਾ ਨਹੀਂ ਮਿਲਿਆ। ਸਾਡੇ ਸਹਿਯੋਗੀ ਜਸਪੀ ਸਾਡੇ ਨਾਲ ਮੌਜੂਦ ਨੇ। ਜਸਪੀ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਲਾਂ ਆ ਰਹੀਆਂ ਨੇ, ਹਮਲੇ ਵੀ ਹੋ ਰਹੇ ਨੇ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਕਈ ਵਾਰ ਇਹ ਜ਼ਰੂਰ ਹੁੰਦਾ ਕਿ ਬੋਗਸ ਕਾਲ ਹੋਵੇ ਜਾਂ ਕਿਸੇ ਨੇ ਜਿਹੜੀ ਆ ਮੇਲ ਐਸੀ ਕੀਤੀ ਹੋਵੇ, ਪਰ ਸਾਈਬਰ ਕ੍ਰਾਈਮ ਇਸ ਦੀ ਭਾਲ ਜ਼ਰੂਰ ਕਰ ਰਿਹਾ ਕਿ ਕਿੱਥੋਂ ਆਈ ਹੈ, ਕਿਉਂਕਿ ਆਈਪੀ ਐਡਰੈਸ ਤਾਂ ਇੱਕ ਜਿਹੜਾ ਨੋਟ ਹੋ ਜਾਂਦਾ ਵੀ ਕਿੱਥੋਂ ਆਉਂਦੀ ਹੈ ਜਦ ਮੇਲ ਚੱਲਦੀ ਆ, ਤਾਂ ਉਹ ਪਤਾ ਲੱਗੂਗਾ। ਪਰ ਇਹਨੂੰ ਲਾਈਟਲੀ ਤਾਂ ਨਹੀਂ ਲੈਣਾ ਚਾਹੀਦਾ, ਕਿਉਂਕਿ ਜੇ ਲਾਈਟਲੀ ਲੈਂਦੇ ਹਾਂ ਤਾਂ ਕਈ ਵਾਰ ਜੇ ਘਟਨਾ ਵਾਪਰੇ ਤਾਂ ਉਸਦੇ ਉੱਤੇ ਸਵਾਲ ਚਿੰਨ੍ਹ ਖੜਾ ਹੋ ਜਾਂਦਾ ਹੈ। ਕਈ ਵਾਰ ਖੂਫੀਆ ਏਜੰਸੀਆਂ ਕਹਿ ਦਿੰਦੀਆਂ ਨੇ ਕਿ ਅਸੀਂ ਅਲਰਟ ਕਰਤਾ ਸੀ ਪਹਿਲਾਂ। ਸੋ ਇਸ ਉੱਤੇ ਤਾਂ ਹੀ ਪੂਰੀ ਸਿਕਿਉਰਟੀ ਜਿਹੜੀ ਵਰਤੀ ਗਈ ਹੈ, ਤਾਂ ਹੀ ਗੇਟ ਬੰਦ ਕੀਤੇ ਗਏ ਨੇ, ਪੁਲਿਸ ਦੀ ਅੰਦਰ ਸੁਰੱਖਿਆ ਆ। ਜਿਹੜੇ ਮਰੀਜ਼ ਕਹਿ ਰਹੇ ਸੀ, ਕੁਝ 15-20 ਮਰੀਜ਼ ਸੀ, ਉਹਨਾਂ ਨੂੰ ਦੂਸਰੀ ਬਿਲਡਿੰਗ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ, ਅਤੇ ਹਜੇ ਜਾਂਚ ਚੱਲ ਰਹੀ ਹੈ। ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਵਾਕਈ ਇਹ ਮੇਲ ਕਰਨ ਵਾਲਾ ਕੋਈ ਸ਼ਰਾਰਤੀ ਹੈ ਜਾਂ ਸੀਰੀਅਸ ਇਸ ਨੂੰ ਜਿਹੜਾ ਲੱਤਾ ਜਾ ਸਕਦਾ, ਤਾਂ ਹੁਣ ਹਜੇ ਟਾਈਮ ਦੱਸੇਗਾ ਜਾਂ ਇਨਕੁਆਇਰੀ ਮੇਰੀ ਪੂਰੀ ਹੋਵੇਗੀ। ਜੀ ਬਿਲਕੁਲ ਅਨਾਮਿਕਾ, ਇਹ ਪੂਰੀ ਜਾਂਚ ਤੋਂ ਬਾਅਦ ਹੀ ਜਿਹੜਾ ਮੇਲ ਕਿੱਥੋਂ ਆਈ ਹੈ, ਕਿਹਨੇ ਕੀਤੀ ਹੈ, ਇਹ ਜਾਂਚ ਤੋਂ ਬਾਅਦ ਜੀ ਜੀ ਦਲਜੀਤ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ।
ਤਾਂ ਪਲ ਪਲ ਦੀ ਅਪਡੇਟ ਵੀ ਤੁਹਾਡੇ ਤੋਂ ਇਸ ਬਾਬਤ ਲੈਂਦੇ ਰਹਾਂਗੇ। ਨਾਲੇ ਤਸਵੀਰਾਂ ਵੀ ਵੇਖੀਆਂ ਜਾ ਸਕਦੀਆਂ ਨੇ ਕਿਸ ਕਦਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਅਤੇ ਤੈਨਾਤ ਹੈ, ਰੈਸਕਿਊ ਟੀਮ ਵੀ ਮੌਜੂਦ ਹੈ। ਤਾਂ ਚੰਡੀਗੜ੍ਹ ਦੇ ਸੈਕਟਰ 32 ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਪਹਿਲਾਂ ਵੀ ਇਹੋ ਜਿਹੀਆਂ ਈਮੇਲ ਜੋ ਸਾਹਮਣੇ ਆਈਆਂ ਨੇ, ਤਾਂ ਹੁਣ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। Associate Sponsor.